ਕਿ ਦਰਸ਼ਕਾਂ ਦਾ ਨਾਰ ਨਿਊਜ਼ ਨਾਲ ਜੁੜਿਆ ਹੋ ਸਾਰਿਆਂ ਦਾ ਸਵਾਗਤ ਹੈ ਔਰ ਆਕਾਸ ਕਰਦਾ ਕਿ ਤੁਸੀਂ ਵੀ ਠੀਕ ਠਾਕ ਹੋਵੋਗੇ। ਅਸੀਂ ਕੁਦਰਤ ਦੇ ਰੇਲਵੇ ਫਾਟਕ ਤੇ ਮੌਜੂਦ ਹਾਂ। ਜਿਸ ਤਰ੍ਹਾਂ ਗੱਡੀ ਲੰਘ ਚੁੱਕੀ ਹੈ ਤਾਂ ਕਿਸ ਤਰ੍ਹਾਂ ਟ੍ਰੈਫਿਕ ਦਾ ਬੁਰਾ ਹਾਲ ਹੈ। ਗੱਡੀ ਸਾਹਮਣੇ ਦੇਖ ਸਕਦੇ ਹੋ ਕਿ ਐਂਬੂਲੈਂਸ ਹੀ ਫਸੀ ਹੋਈ ਸੀ ਇੱਥੇ। ਹੂਟਰਾਂ ਦੀ ਆਵਾਜ਼ ਸੁਣਾਈ ਦੇਗੀ। ਕਾਫੀ ਤਕਰੀਬਨ ਟਾਈਮ 10 ਤੋਂ 15 ਮਿੰਟ ਇੱਥੇ ਖੜ੍ਹੀ ਸੀ। ਲੋਕ ਇੱਕ ਫਾਟਕ ਲੱਗਿਆ ਹੋਇਆ ਸੀ, ਲੋਕ ਸਾਰੇ ਖੜ੍ਹੇ ਸੀ ਅਤੇ ਐਂਬੂਲੈਂਸ ਵੀ ਟ੍ਰੈਫਿਕ ਦੇ ਵਿੱਚ ਘਿਰੀ ਹੋਈ ਸੀ। ਤਾਂ ਐਂਬੂਲੈਂਸ ਦੀਆਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ, ਟ੍ਰੈਫਿਕ ਬਹੁਤ ਜ਼ਿਆਦਾ ਸੀ। ਇਸ ਦੇ ਕਾਰਨ ਫਾਟਕ ਵੀ ਲੱਗਿਆ ਹੋਇਆ ਸੀਗਾ ਅਤੇ ਇਹ ਐਂਬੂਲੈਂਸ ਵਿੱਚ ਘਿਰ ਗਈ ਸੀ ਟ੍ਰੈਫਿਕ ਦੇ ਵਿੱਚ। ਤਾਂ ਕਿਸ ਤਰ੍ਹਾਂ ਇਹ ਹੁਣ ਹੂਟਰ ਵਜਾ ਰਹੀ ਹੈ। ਤਾਂ ਦੂਜੇ ਪਾਸੇ ਸਾਹਮਣੇ ਦੀ ਮੈਂ ਤਸਵੀਰ ਇੱਕ ਵਾਰ ਦਿਖਾ ਦਿੰਦਾ ਕਿ ਸੜਕ ਸਾਰੀ ਟੁੱਟੀ ਹੋਈ ਆ। ਉਹ ਟੁੱਟੀ ਸੜਕ ਦੇ ਕਾਰਨ ਲੋਕ ਬਹੁਤ ਹੀ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਦੇ ਆ। ਇੱਕ ਦੂਜੇ ਤੋਂ ਅੱਗੇ ਲੰਘਣ ਦੀ ਭੱਜ ਦੌੜ ਲਗਾਤਾਰ ਲੱਗੀ ਹੁੰਦੀ ਹੈ ਕਿ ਹਰ ਇੱਕ ਇਨਸਾਨ ਚਾਹੁੰਦਾ ਹੈ ਕਿ ਮੈਂ ਜਲਦੀ ਤੋਂ ਜਲਦੀ ਆਪਦੇ ਆਪਣੇ ਘਰ ਦੇ ਵਿੱਚ ਪਹੁੰਚ ਜਾਵਾਂ। ਪਰ ਕਿਤੇ ਨਾ ਕਿਤੇ ਜੋ ਇੱਥੇ ਕਾਫੀ ਜ਼ਿਆਦਾ ਹਾਦਸੇ ਵੀ ਹੁੰਦੇ ਆ, ਸੜਕਾਂ ਟੁੱਟੀਆਂ ਪਈਆਂ ਅਤੇ ਹਾਦਸਿਆਂ ਦਾ ਸ਼ਿਕਾਰ ਵੀ ਲੋਕ ਹੁੰਦੇ ਆ ਟੁੱਟੀਆਂ ਸੜਕਾਂ ਦੇ ਕਾਰਨ। ਕਿਸ ਤਰ੍ਹਾਂ ਲੋਕ ਲੰਘ ਰਹੇ ਆ, ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਟ੍ਰੈਫਿਕ ਹੁੰਦੀ ਜ਼ਰੂਰ ਹੈ, ਜਦੋਂ ਕਿਤੇ ਫਾਟਕ ਲੱਗਦਾ ਤਾਂ ਟ੍ਰੈਫਿਕ ਹੁੰਦੀ ਹੈ, ਪਰ ਬਹੁਤ ਜਲਦੀ ਟ੍ਰੈਫਿਕ ਉੱਥੋਂ ਅੱਗੇ ਲੰਘ ਜਾਂਦੀ ਹੈ। ਪਰ ਇੱਥੇ ਗੱਡੀਆਂ ਦੀ ਸਪੀਡ ਕਾਫੀ ਜ਼ਿਆਦਾ ਸਲੋ ਹੋ ਜਾਂਦੀ ਆ ਕਿਉਂਕਿ ਸੜਕਾਂ ਬਹੁਤ ਟੁੱਟੀਆਂ ਹੋਈਆਂ। ਕਾਫੀ ਸਮੇਂ ਤੋਂ ਲੋਕ ਇਸ ਮੁਸੀਬਤ ਦਾ ਸਾਹਮਣਾ ਕਰ ਰਿਹਾ ਅਤੇ ਅੱਗੇ ਤੋਂ ਤਸਵੀਰ ਦਿਖਾ ਦਿੰਦੇ, ਅੱਗੇ ਸਾਰੀ ਤਸਵੀਰ ਦਿਖਾਵਾਂਗੇ ਕਿ ਲੋਕ ਕਾਫੀ ਜ਼ਿਆਦਾ ਗੱਡੀਆਂ ਦੀ ਸਪੀਡ ਸਲੋ ਕਿਉਂ ਹੈ। ਕਾਰਨ ਮੁੱਖ ਹੈ ਕਿ ਜੋ ਰੋਡ ਸਾਰਾ ਟੁੱਟਿਆ ਹੋਇਆ ਅਤੇ ਪਿੱਛੇ ਤੱਕ ਲੰਬੀ ਲਾਈਨ ਲੰਬੀ ਕਤਾਰ ਲੱਗੀ ਹੋਈ ਆ। ਲਗਾਤਾਰ ਲੋਕ ਜਦੋਂ ਜਹਿਦ ਕਰਨ ਦੇ ਲਈ ਲੱਗੇ ਹੋਏ ਆ, ਅੱਗੇ ਲੰਘਣ ਦੇ ਲੱਗੇ ਹੋਏ ਆ ਕਿਉਂਕਿ ਲਾਈਨਾਂ ਦੇ ਵਿੱਚ ਲੱਗੇ ਹੋਏ ਸੀ। ਤਾਂ ਉਸ ਤੋਂ ਬਾਅਦ ਫਾਟਕ ਖੁੱਲ੍ਹਿਆ ਅਤੇ ਇਹ ਤੁਸੀਂ ਤਸਵੀਰ ਦੇਖ ਸਕਦੇ ਹੋ। ਸੜਕਾਂ ਟੁੱਟੀਆਂ ਹੋਣ ਦੇ ਕਾਰਨ ਕਾਫੀ ਜ਼ਿਆਦਾ ਪਰੇਸ਼ਾਨੀ ਦਾ ਵੀ ਸਾਹਮਣਾ ਕਰ ਰਹੇ ਆ। ਜੋ ਤਸਵੀਰ ਤੁਹਾਡੇ ਸਾਹਮਣੇ ਇਹਨਾਂ ਦਾ ਨਿਊਜ਼ ਦੀ ਟੀਵੀ ਸਕਰੀਨ 'ਤੇ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ। ਸਾਡੀ ਲਗਾਤਾਰ ਕੋਸ਼ਿਸ਼ ਹੁੰਦੀ ਹੈ ਕਿ ਜੋ ਜਨਤਾ ਦੇ ਮੁੱਦੇ ਜਨਤਾ ਦੇ ਨਾਲ ਜੁੜੇ ਜੋ ਮੁੱਦੇ ਆ ਲਗਾਤਾਰ ਉਹ ਸਰਕਾਰ ਦੇ ਕੰਨਾਂ ਤੱਕ ਪ੍ਰਸ਼ਾਸਨ ਤੱਕ ਪਹੁੰਚਾ ਜਾਣ। ਤਾਂ ਸਾਹਮਣੇ ਪੰਜਾਬ ਪੁਲਿਸ ਦੀ ਗੱਡੀ ਵੀ ਆ ਰਹੀ ਹੈ ਅਤੇ ਕਿਤੇ ਨਾ ਕਿਤੇ ਇਹ ਵੀ ਟ੍ਰੈਫਿਕ ਦੇ ਵਿੱਚ ਲੱਗੀ ਹੋਈ ਹੈ ਕਿਉਂਕਿ ਟ੍ਰੈਫਿਕ ਦੇ ਵਿੱਚ ਲੱਗਣਾ ਹੀ ਪੈਣਾ ਸੀ ਕਿਉਂਕਿ ਗੱਡੀ ਉਹ ਜਦੋਂ ਫਾਟਕ ਲੱਗਿਆ ਸੀ ਤਾਂ ਅੱਗੇ ਲੰਘਣਾ ਔਖਾ ਸੀ। ਪਰ ਸਵਾਲ ਹੈ ਕਿ ਸੜਕਾਂ ਕਾਫੀ ਜ਼ਿਆਦਾ ਮਾੜੀਆਂ, ਟੁੱਟੀਆਂ ਹੋਈਆਂ ਸੜਕਾਂ ਦੇ ਕਾਰਨ ਸਾਰੀ ਤਸਵੀਰ ਸਾਫ਼ ਹੋ ਜਾਂਦੀ। ਟੁੱਟੀਆਂ ਸੜਕਾਂ ਦੇ ਕਾਰਨ ਕਾਫੀ ਰਾਹਗੀਰ ਮੁਸੀਬਤਾਂ ਦਾ ਸਾਹਮਣਾ ਕਰਦੇ ਆ। ਤਾਂ ਇਹ ਦੇਖ ਸਕਦੇ ਹੋ ਕਿ ਪੰਜਾਬ ਪੁਲਿਸ ਦੀ ਗੱਡੀ ਜਾ ਰਹੀ ਹੈ। ਟ੍ਰੈਫਿਕ ਦੇ ਕਾਰਨ ਕਾਫੀ ਜ਼ਿਆਦਾ ਸਾਰਿਆਂ ਨੂੰ ਇੱਥੇ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਤਾਂ ਦੇਖ ਸਕਦੇ ਹੋ ਕਿ ਲੰਬੀ ਲਾਈਨ ਲੱਗੀ ਹੋਈ ਹੈ ਟ੍ਰੈਫਿਕ ਦੇ ਕਾਰਨ। ਕਾਫੀ ਲੰਮਾ ਗੱਡੀ ਕਦੋਂ ਆਉਣੀ ਸੀ ਤਾਂ ਜਾਮ ਲੱਗਿਆ ਰਿਹਾ, ਪਰ ਗੱਡੀ ਲੰਘ ਗਈ ਹੈ। ਪਰ ਲੰਮਾ ਸਮਾਂ ਤੱਕ ਜਾਮ ਇਸੇ ਤਰ੍ਹਾਂ ਹੀ ਲੱਗਿਆ ਰਹੇਗਾ ਕਿਉਂਕਿ ਸੜਕਾਂ ਬਹੁਤ ਖਰਾਬ ਹੈ। ਤਾਂ ਲੰਘਣ ਦੇ ਲਈ ਸਪੀਡ ਕਾਫੀ ਸਲੋ ਕਰਨੀ ਪੈਂਦੀ ਹੈ ਕਾਫੀ ਜ਼ਿਆਦਾ ਗੱਡੀਆਂ। ਜੇ ਦੂਜੇ ਪਾਸੇ ਜੇਕਰ ਜਾਣਾ ਵੀ ਹੋਵੇ ਤਾਂ ਬਹੁਤ ਔਖਾ ਹੋ ਜਾਂਦਾ, ਇੱਕ ਸਾਈਡ ਦੂਜੇ ਪਾਸੇ ਜੇਕਰ ਕ੍ਰੋਸ ਕਰਨਾ ਹੋਵੇ। ਤਾਂ ਤਸਵੀਰਾਂ ਤੁਸੀਂ ਐਨਐਨਆਰ ਨਿਊਜ਼ ਦੀ ਜੋ ਟੀਵੀ ਸਕਰੀਨ 'ਤੇ ਤਸਵੀਰਾਂ, ਲਾਈਵ ਤਸਵੀਰਾਂ, ਸਿੱਧੀਆਂ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਇਸ ਦਾ ਇੱਕ ਮਕਸਦ ਸੀ ਕਿਉਂਕਿ ਸੜਕਾਂ ਟੁੱਟੀਆਂ ਹੋਈਆਂ, ਜਲਦ ਇਸ ਨੂੰ ਸਹੀ ਕੀਤਾ ਜਾਵੇ ਤਾਂ ਜੋ ਲੋਕ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨ। ਜਿੰਨਾ ਵੀ ਨਕੋਦਰਾ ਸਾਰਾ ਕਿਤੋਂ ਸੀਵਰੇਜ ਦੇ ਲੈ ਕੇ ਪੱਟੇ ਹੋਇਆ, ਕਿਤੇ ਕੋਈ ਹੋਰ ਪਰੇਸ਼ਾਨੀ ਆ, ਤਾਂ ਲਗਾਤਾਰ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਜਾਮ ਜੋ ਲਗਾਤਾਰ ਚੱਲ ਰਿਹਾ, ਤਾਂ ਅੱਗੇ ਦੀ ਤਸਵੀਰ ਆਪਾਂ ਦਿਖਾ ਦਿੰਦੇ ਹਾਂ। ਅੱਗੇ ਦੀ ਤਸਵੀਰ ਤੁਹਾਡੇ ਸਾਹਮਣੇ, ਇੱਕ ਟ੍ਰੈਫਿਕ ਬਹੁਤ ਜ਼ਿਆਦਾ ਲੱਗੀ ਹੋਈ ਹੈ ਅਤੇ ਕਾਰਨ ਸੜਕਾਂ ਦਾ ਸਭ ਤੋਂ ਵੱਡਾ ਮੇਨ ਕਾਰਨ ਆ। ਕਾਫੀ ਜ਼ਿਆਦਾ ਮਿੱਟੀ ਧੂੜ ਤੁਹਾਨੂੰ ਉੱਡਦੀ ਦਿਖਾਈ ਦੇਵੇਗੀ। ਅੱਗੇ ਤੱਕ ਤਸਵੀਰ ਸਾਰੀ ਤੁਸੀਂ ਜੇਕਰ ਲੰਬੀ ਨਜ਼ਰ ਮਾਰੀਏ ਤਾਂ ਸਾਰੀ ਧੂੜ ਮਿੱਟੀ ਉੱਡਦੀ ਦਿਖਾਈ ਦੇਵੇਗੀ। ਜੋ ਬੱਸਾਂ ਦੇ ਵਿੱਚ ਜਾਂਦੇ ਆ ਜਾਂ ਸ਼ੀਸ਼ੇ ਬੰਦ ਆ ਤਾਂ ਅੱਖਾਂ ਦਾ ਬਚਾਅ ਹੋ ਜਾਂਦਾ, ਪਰ ਦੂਜੇ ਪਾਸੇ ਜੇਕਰ ਜੋ ਮੋਟਰ ਸਾਈਕਲ 'ਤੇ ਜੋ ਹੋਰ ਵਹੀਕਲ ਜਾਂਦੇ ਆ ਤਾਂ ਲਗਾਤਾਰ ਉਹ ਪਰੇਸ਼ਾਨੀਆਂ ਦਾ ਸਾਹਮਣੇ ਕਰ ਰਿਹਾ। ਜੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਿੱਛੇ ਬੱਸ ਆ ਗਈ ਸੀ, ਟ੍ਰੈਫਿਕ ਦੇ ਕਾਰਨ ਰੁਕ ਗਈ ਹੈ, ਵੱਡੇ ਵੱਡੇ ਟੋਏ ਪਏ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ। ਸਪੀਡ ਬ੍ਰੇਕਰ ਦੀ ਤਰ੍ਹਾਂ ਇੱਕ ਵੱਡਾ ਸਾਰਾ ਬਣਿਆ ਹੋਇਆ ਟੋਇਆ ਬਣਿਆ ਹੋਇਆ, ਇੱਕ ਵਾਰ ਇੱਕ ਸਾਈਡ ਤੋਂ ਦੋਨੋਂ ਥਾਂ ਤੋਂ ਯਾਨੀ ਕਿ ਰੂਲਰ ਚਲਾ ਕੇ ਇਹ ਸੈਟਿੰਗ ਵੀ ਕੀਤੀ ਗਈ ਹੈ, ਪਰ ਇਹ ਤੱਕ ਸੜਕ ਨਹੀਂ ਬਣੀ। ਲੋਕ ਲਗਾਤਾਰ ਪਰੇਸ਼ਾਨੀ ਦਾ ਸਾਹਮਣਾ ਕਰ ਰਿਹਾ। ਵੀਰ ਜੀ, ਕਾਫੀ ਜ਼ਿਆਦਾ ਲੰਮਾ ਜਾਮ ਲੱਗਿਆ, ਜੋ ਸੜਕ ਖਰਾਬ ਆ, ਕੋਈ ਦਿੱਕਤਾਂ ਤਾਂ ਬਹੁਤ ਆਉਂਦੀਆਂ ਹੋਣਗੀਆਂ। ਸੜਕ ਸਾਰੇ ਇੱਦਾਂ ਆ ਕਿ ਜਿੱਦਾਂ ਕਿ ਆ ਰੋਡ ਵੀ ਨਹੀਂ ਬਣਿਆ ਪਾ ਰਿਹਾ ਹਾਲੇ ਵੀ, ਸੜਕ ਜਦੋਂ ਫਾਟਕ ਲੱਗਦਾ ਸਰ ਉਦੋਂ ਆਉਂਦੀ ਹੈ ਜਦੋਂ ਜਾਮ ਲੱਗਦਾ ਸਾਰਾ। ਇੱਕੋ ਹੀ ਸਿੰਗਲ ਰੋਡ ਆ ਭਾਅ ਜੀ, ਉਸੇ ਰੋਡ 'ਤੇ ਆਉਂਦੇ ਟ੍ਰੈਫਿਕ ਇੰਨੇ ਸਾਰੇ, ਜਗਰਾਵਾਂ ਮਹਿਤਪੁਰ ਏਰੀਆ ਵੀ ਇੱਧਰਲੇ ਬੰਨੇ ਪੈਂਦਾ ਭਾਅ ਜੀ, ਸਾਰੇ ਉੱਧਰ ਟ੍ਰੈਫਿਕ ਆਉਂਦੀ ਭਾਅ ਜੀ, ਇੱਧਰਲੇ ਸ਼ਹਿਰ ਵੀ ਜਲੰਧਰ ਜੰਡਿਆਲਾ ਫਗਵਾੜਾ ਸਾਰੇ ਬੰਨੇ ਇਸੇ ਤਰ੍ਹਾਂ ਦੀ ਜਾਮ ਭਾਅ ਜੀ, ਆਦਰ ਸਾਰੀ ਟ੍ਰੈਫਿਕ ਲੰਘਦੀ ਆ। ਇੱਕੋ ਰੇਲਵੇ ਫਾਟਕ ਆ, ਇਹਨਾਂ ਥੱਲੇ ਕ੍ਰੋਸ ਕੀਤਾ ਜਾਵੇ ਇਹ। ਬਿਲਕੁਲ ਜੀ, ਕਿਤੇ ਨਾ ਕਿਤੇ ਕ੍ਰੋਸ ਕਰਨ ਦੀ ਵੀ ਮੰਗ ਵੀ ਉੱਠੀ ਹੈ ਇਸ ਨੌਜਵਾਨ ਨੇ ਕਿਹਾ, ਪਰ ਕਿਤੇ ਨਾ ਕਿਤੇ ਸੜਕਾਂ ਬਹੁਤ ਜ਼ਿਆਦਾ ਖਰਾਬ ਆ। ਸੜਕਾਂ ਖਰਾਬ ਹੋਣ ਦੇ ਕਾਰਨ ਜੋ ਟ੍ਰੈਫਿਕ ਦੀ ਸਮੱਸਿਆ ਹੋਰ ਵੀ ਵੱਧ ਜਾਂਦੀ ਹੈ, ਕੋਈ ਸਪੀਡ ਬਹੁਤ ਘੱਟ ਜਾਂਦੀ ਹੈ ਤਾਂ ਜੋ ਟ੍ਰੈਫਿਕ ਲੰਘਦੀ ਹੈ ਕਾਫੀ ਸਮਾਂ ਵੀ ਲੱਗਦਾ। ਪਰ ਅਸੀਂ ਲਗਾਤਾਰ ਜੋ ਜਨਤਾ ਦੇ ਨਾਲ ਜੁੜੇ ਹੋਏ ਮੁੱਦਿਆਂ ਲਗਾਤਾਰ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਤੁਸੀਂ ਦੇਖਦੇ ਰਹੋ ਐਨਐਨਆਰ ਨਿਊਜ਼, ਕੈਮਰਾਮੈਨ ਮਨਜੀਤ ਨਹਰਦੀਪ ਨਕੋਦਰ।